ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਬੇਟਾ ਵੈਲਕਮ ਟੂ ਵਰਚੁਅਲ ਕਲਾਸਿਸ ਆਫ ਸੈਂਚੂਰੀਆ ਇੰਟਰਨੈਸ਼ਨਲ ਸਕੂਲ ਬੇਟਾ 5ਥ ਕਲਾਸ ਅੱਜ ਆਪਾਂ ਲੈਸਨ ਨੰਬਰ 4 ਕਰਨ ਜਾ ਰਹੇ ਆ ਐਨਵਾਇਰਨਮੈਂਟਲ ਸਟੱਡੀਜ਼ ਦਾ ਬੇਟਾ ਇਸ ਚੈਪਟਰ ਦੇ ਵਿੱਚ ਆਪਾਂ ਕੀ ਪੜਨਾ ਹੈ ਪਲਾਂਟਸ ਦੇ ਬਾਰੇ ਪੜ੍ਹਨਾ ਹੈ ਕਿ ਪਲਾਂਟਸ ਜਿਹੜੇ ਉਹ ਰਿਪਰੋਡਿਊਸ ਕਿੱਦਾਂ ਹੁੰਦੇ ਨੇ ਓਕੇ ਰਿਪਰੋਡਕਸ਼ਨ ਦਾ ਮਤਲਬ ਹੈ ਆਪਣੇ ਵਰਗੇ ਯੰਗ ਵਨਸ ਪੈਦਾ ਕਰਨੇ ਠੀਕ ਹੈ ਜਿਵੇਂ ਇੱਕ ਵੱਡਾ ਪਲਾਂਟ ਹੈ ਉਹਦਾ ਬੀਜ ਥੱਲੇ ਡਿੱਗ ਪੈਂਦਾ ਏ ਉਸੇ ਬੀਜ ਤੋਂ ਇੱਕ ਛੋਟਾ ਪੌਦਾ ਬਣ ਜਾਂਦਾ ਏ ਠੀਕ ਹੈ ਉਹ ਫੇਰ ਦੁਬਾਰਾ ਬੜਾ ਵੱਡਾ ਦਰਖਤ ਬਣ ਜਾਂਦਾ ਏ ਇਹ ਕੀ ਹੈ ਜੀ ਆਪਣੇ ਵਰਗੇ ਹੀ ਯੰਗਵਾਂਸ ਪੈਦਾ ਕਰਨਾ ਠੀਕ ਹੈ ਚੈਪਟਰ ਦਾ ਨਾਮ ਹੈ ਰੀਪ੍ਰੋਡਕਸ਼ਨ ਇਨ ਪਲਾਂਟਸ ਰੀਪ੍ਰੋਡਕਸ਼ਨ ਦਾ ਮੀਨਿੰਗ ਸਭ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਮੈਂ ਫੇਰ ਦੁਬਾਰਾ ਦੱਸਦਾ ਹਾਂ ਰੀਪ੍ਰੋਡਕਸ਼ਨ ਦਾ ਮਤਲਬ ਹੈ ਆਪਣੇ ਵਰਗੇ ਯੰਗਵਨਸ ਪੈਦਾ ਕਰਨੇ ਇੱਕ ਵੱਡਾ ਦਰਖਤ ਹੈ ਫਾਰ ਐਗਜ਼ਾਮਪਲ ਠੀਕ ਹੈ ਜੀ ਕੋਈ ਮੰਗੋ ਅੰਬ ਦਾ ਦਰਖਤ ਹੈ ਉਹ ਅੰਬ ਦੇ ਦਰਖਤ ਤੋਂ ਜਿਹੜਾ ਅੰਬ ਪੱਕ ਗਿਆ ਉਹ نیچے ਡਿੱਗ ਗਿਆ نیچے ਡਿੱਗਣ ਨਾਲ ਮਿੱਟੀ ਦੇ ਵਿੱਚ ਦੱਬ ਦਿੱਤਾ ਆਪਾਂ ਉਸ ਦੱਬਣ ਤੋਂ ਬਾਅਦ ਫਿਰ ਦੁਬਾਰਾ ਉਹਦੇ ਵਿੱਚੋਂ ਜਿਹੜਾ ਇੱਕ ਅੰਬ ਦਾ ਦਰਖਤ ਨਿਕਲ ਆਇਆ ਠੀਕ ਹੈ ਜੀ ਪੌਦਾ ਨਿਕਲ ਆਇਆ ਓਕੇ ਬੇਟਾ ਜੀ ਰੀਪਰੋਡਕਸ਼ਨ ਜਿਹੜੀ ਪਲਾਂਟਸ ਦੇ ਵਿੱਚ ਉਹ ਤਿੰਨ ਤਰੀਕਿਆਂ ਦੇ ਨਾਲ ਹੁੰਦੀ ਹੈ ਸੀਡਸ ਤੇ ਰਾਈ ਹੁੰਦੀ ਹੈ ਸਪੋਰਸ ਤੇ ਰਾਈ ਹੈ ਤੇ ਬਾਡੀ ਪਾਰਟਸ ਤੇ ਰਾਈ ਹੁੰਦੀ ਹੈ ਕਿਸੇ ਪਲਾਂਟ ਦੇ ਆਪਾਂ ਨੂੰ ਬੀਜ ਬੀਜਨੇ ਪੈਂਦੇ ਆ ਤੇ ਫੇਰ ਪਲਾਂਟ ਹੁੰਦਾ ਹੈ ਕਿਸੇ ਬੀਜ ਦੀ ਆਪਾਂ ਟਾਣੀ ਸਟੀਮ ਹੀ ਲਗਾ ਦਈਏ ਮਿੱਟੀ ਦੇ ਵਿੱਚ ਤਾਂ ਉਹ ਪਲਾਂਟ ਦੁਬਾਰਾ ਨਵਾਂ ਪਲਾਂਟ ਪੈਦਾ ਹੋ ਜਾਂਦਾ ਹੈ ਤੇ ਕਿਸੇ ਪਲਾਂਟ ਦੀ ਜਿਹੜੀ ਆ ਉਹ ਆਪਾਂ ਨੂੰ ਰੂਟਸ ਲਗਾਉਣੀਆਂ ਪੈਂਦੀਆਂ ਨੇ ਜ਼ਮੀਨ ਦੇ ਵਿੱਚ ਓਕੇ ਬੇਟਾ ਜੀ ਸੀਡਸ ਦੇ ਰਾਈਂ ਰਿਪਰੋਡਕਸ਼ਨ ਕਿੱਦਾਂ ਹੁੰਦੀ ਹੈ ਮੈਂ ਤੁਹਾਨੂੰ ਹੁਣੇ ਦੱਸ ਚੁੱਕਾ ਹਾਂ ਫਾਰ ਇਗਜ਼ਾਮਪਲ ਮੰਗੋ ਟਰੀ ਹੈ ਮੰਗੋ ਟਰੀ ਸਭ ਤੋਂ ਪਹਿਲਾਂ ਤਾਂ ਮੰਗੋ ਦੇ ਟਰੀ ਦੇ ਉੱਪਰ ਫਲਾਵਰ ਪੈਦਾ ਹੁੰਦੇ ਨੇ ਉਹਨਾਂ ਫਲਾਵਰਸ ਨੂੰ ਉਹ ਕਦ ਵਿੱਚ ਕਨਵਰਟ ਹੋ ਜਾਂਦੇ ਨੇ ਫਰੂਟਸ ਦੇ ਵਿੱਚ ਉਹ ਫਰੂਟ ਬਾਅਦ ਵਿੱਚ ਕਦ ਦੇ ਆਪਾਂ ਕਨਵਰਟ ਹੋ ਜਾਂਦਾ ਸੀਡ ਬਣ ਜਾਂਦਾ ਹੈ ਸੀਡ ਨੂੰ ਆਪਾਂ ਫਿਰ ਬੀਜ ਦਿੰਨੇ ਆ ਤਾਂ ਉਹ ਫਿਰ ਪਲਾਂਟ ਬਣ ਜਾਂਦਾ ਹੈ ਓਕੇ ਬੇਟਾ ਹੁਣ ਆਪਾਂ ਸਟਰਕਚਰ ਪੜਾਂਗੇ ਸੀਡਸ ਦਾ ਸਟਰਕਚਰ ਕਿਦਾਂ ਦਾ ਹੈ ਬੇਟਾ ਸੀਡ ਜਿਹੜਾ ਹੈ ਉਹਦੇ ਤਿੰਨ ਹਿੱਸੇ ਹੁੰਦੇ ਨੇ ਠੀਕ ਹੈ ਤਿੰਨ ਹਿੱਸੇ ਕਿਹੜੇ-ਕਿਹੜੇ ਨੇ ਪਹਿਲਾ ਹੈ ਸੀਡ ਕੋਟ ਠੀਕ ਹੈ ਦੂਜਾ ਹੈ ਕੋਟਲੀਡਨਸ ਐਂਡ ਏਮਬ੍ਰਿਓਸ ਠੀਕ ਹੈ ਤਿੰਨ ਪਾਰਟ ਨੇ ਸੀਡ ਕੋਟ ਕੋਟਲੀਡਨਸ ਤੇ ਏਮਬ੍ਰਿਓ ਬੇਟਾ ਸੀਡ ਕੋਟ ਕੀ ਹੁੰਦਾ ਹੈ ਜਿਵੇਂ ਆਪਾਂ ਅੰਬ ਦੀ ਗਿਟਿਕ ਦੀ ਗੱਲ ਕਰ ਲਈਏ ਗੁੱਠਲੀ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਜੀ ਉਹ ਬੜੀ ਹਾਰਡ ਹੁੰਦੀ ਹੈ ਸਖਤ ਹੁੰਦੀ ਹੈ ਉਹਦੇ ਉੱਪਰ ਠੀਕ ਹੈ ਉਹ ਜਦੋਂ ਆਪਾਂ ਤੋੜੀਏ ਉਹਨੂੰ ਤਾਂ ਉਹਦੇ ਨੀਚੋਂ ਇੱਕ ਸੀਡ ਨਿਕਲਦਾ ਹੈ ਉਹਦਾ ਨਾਂ ਹੈ ਉਹ ਕੋਟਲੀਡਨ ਹੁੰਦਾ ਹੈ ਉੱਪਰਲਾ ਜਿਹੜਾ ਸਖਤ ਹਿੱਸਾ ਹੈ ਉਹ ਕੀ ਹੁੰਦਾ ਹੈ ਜੀ ਯੈਸ ਉਹ ਸੀਡ ਕੋਟ ਹੁੰਦਾ ਹੈ ਜੀ ਠੀਕ ਹੈ ਜਿੰਨੇ ਕਵਰ ਕਰਕੇ ਰੱਖਿਆ ਹੁੰਦਾ ਹੈ ਓਕੇ ਉਸ ਤੋਂ ਬਾਅਦ ਕੋਟਲੀਡਨਸ ਨੇ ਜਿਹੜਾ cotyledons are the seed leaves that they provide food to the baby plant beta cotyledon ki hunda hai ji jivein beej beejde hai na apan jadon beej bijeya dharti de vich suteya hoya hai ta odo plants de kol leaves ta nahi hage bhi ohne kise na kise jagah ton food material lena hai ਉਹ ਕੋਟਿਲੀਡੈਂਸ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਫੂਡ ਮਟੀਰੀਅਲ ਹੈ ਕਿਦੇ ਵਾਸਤੇ ਪਲਾਂਟ ਨੂੰ ਗਰੋ ਕਰਨ ਵਾਸਤੇ ਉਹ ਇੱਕ ਤਰ੍ਹਾਂ ਦਾ ਸੋਰਸ ਹੈ ਫੂਡ ਇਥੋਂ ਸਾਰਾ ਮਿਲਣਾ ਹੈ ਕੋਟਿਲੀਡੈਂਸ ਦੇ ਵਿੱਚੋਂ ਜੋ ਫਲਾਵਰਸ ਫਰੂਟਸ ਬਣਦੇ ਵਿੱਚ ਜਿਹੜਾ ਹੈ ਉਹਦੀ ਹੈਲਪ ਕਰਦਾ ਹੈ ਅੱਗੇ ਅੱਗੇ ਠੀਕ ਹੈ ਉਸ ਤੋਂ ਬਾਅਦ ਅਗਲਾ ਹੈ ਫੂਡ ਜਦੋਂ ਬੇਬੀ ਪਲਾਂਟ ਜਿਹੜਾ ਹੈ ਉਹ ਗਰੋ ਹੁੰਦਾ ਹੈ ਤਾਂ ਐਮਬ੍ਰਿਓ ਦੇ ਵਿੱਚ ਗਰੋ ਹੋ ਜਾਂਦਾ ਹੈ ਤੇ ਇਹਨੂੰ ਪ੍ਰੋਟੈਕਟਿਵ ਕਰਦਾ ਹੈ ਕੁਝ ਸੀਡਸ ਜਿਵੇਂ ਕਿ ਰਾਈਸ ਹੋ ਗਿਆ ਵੀਟ ਹੋ ਗਿਆ ਉਹਨਾਂ ਦੇ ਵਿੱਚ ਸਿਰਫ ਇੱਕ ਹੀ ਕੋਟਲੀਡਨ ਹੁੰਦਾ ਹੈ ਜਿਨ੍ਹਾਂ ਨੂੰ ਆਪਾਂ ਮੋਨੋਕੋਟਲੀਡਨਸ ਕਹਿ ਦਿੰਨੇ ਆ ਜਿਵੇਂ ਪੀਨਟਸ ਮੋਂਗਫਲੀ ਜਾਂ ਰਾਜਮਾ ਜਾਂ ਤੁਸੀਂ ਦੇਖਿਆ ਹੋਣਾ ਬਲੈਕ ਡਾਇਮੰਡ ਕਾਲੇ ਛੋਲੇ ਜਿਨ੍ਹਾਂ ਨੂੰ ਕਹਿ ਦਿੰਨੇ ਆ ਉਹਨਾਂ ਦੇ ਵਿੱਚ ਵਿੱਚ ਬੇਟਾ ਜੀ ਦੋ ਦੋ ਹੁੰਦੇ ਨੇ ਠੀਕ ਹੈ ਜੀ ਉਹ ਉਹਨਾਂ ਨੂੰ ਡਾਈਕੋਟਲੀਡਨਸ ਵੀ ਕਹਿ ਦਿੰਨੇ ਆਪਾਂ ਠੀਕ ਹੈ ਕਈ ਜਿਹੜੇ ਪਲਾਂਟਸ ਨੇ ਜਿਵੇਂ ਤੁਸੀਂ ਦੇਖਿਆ ਹੋਣਾ ਹੈ ਝੋਨਾ ਰਾਈਸ ਠੀਕ ਹੈ ਜੀ ਰਾਈਸ ਦਾ ਇੱਕ ਹੀ ਦਾਣਾ ਹੁੰਦਾ ਹੈ ਕੋਈ ਉਹਦੇ ਵਿੱਚ ਡਿਫਰੈਂਸ ਨਹੀਂ ਹੁੰਦਾ ਵੀ ਠੀਕ ਹੈ ਪਰ ਜਿਹੜਾ ਆਪਾਂ ਦੂਜਾ ਦਾਣਾ ਦੇਖ ਲੈਨੇ ਮੱਕਈ ਦੇ ਦਾਣੇ ਦੇ ਵਿੱਚ ਵੀ ਕੋਈ ਵੱਖਰਾ ਨਹੀਂ ਹੁੰਦੀ ਆ ਪਰ ਜਦੋਂ ਆਪਾਂ ਦੇਖਦੇ ਆ ਕਿਹੜਾ ਰਾਜਮਾ ਜਾਂ ਪੀਨਟਸ ਵਗੈਰਾ ਦੇਖਦੇ ਆ ਤਾਂ ਇਹ ਦੋ ਦੋ ਜੁੜੇ ਹੁੰਦੇ ਨੇ ਠੀਕ ਹੈ ਜਿਹੜੇ ਵਨ ਵਾਲੇ ਹੁੰਦੇ ਸਿੰਗਲ ਵਾਲੇ ਉਹ ਮੋਨੋਕੋਟਿਲੀਡਨਸ ਹੁੰਦੇ ਨੇ ਜਿਹੜੇ ਡਬਲ ਵਾਲੇ ਹੁੰਦੇ ਨੇ ਉਹ ਡਾਈਕੋਟਿਲੀਡਨਸ ਹੁੰਦੇ ਨੇ ਫਿਰ ਐਮਬ੍ਰਿਓ ਐਮਬ੍ਰਿਓ ਕੀ ਹੈ ਜੀ ਇਹ ਬੇਬੀ ਪਲਾਂਟ ਹੈ ਜੋ ਸੀਡ ਦੇ ਅੰਦਰੇ ਅੰਦਰ ਡਿਵੈਲਪ ਹੋ ਰਿਹਾ ਹੈ ਜਦੋਂ ਕੰਡੀਸ਼ਨਸ ਫੇਵਰੇਬਲ ਹੋਣਗੀਆਂ ਠੀਕ ਹੈ ਫੇਵਰੇਬਲ ਕੰਡੀਸ਼ਨਸ ਜਦੋਂ ਹੋਣਗੀਆਂ ਤਾਂ ਉਦੋਂ ਉਹ ਬਾਹਰ ਨਿਕਲੇਗਾ ਬੇਟਾ ਜੀ ਸੁਪੋਜ਼ ਕਰੋ ਕਿ ਕੋਈ ਪਲਾਂਟ ਹੈ ਜਿਹੜਾ ਉਹ ਗਰਮੀਆਂ ਦੇ ਦਿਨਾਂ ਦੇ ਵਿੱਚ ਹੋਣ ਵਾਲਾ ਹੈ ਜੀ ਠੀਕ ਹੈ ਕਿ ਉਹ ਗਰਮੀਆਂ ਦੇ ਦਿਨਾਂ ਦੇ ਵਿੱਚ ਹੀ ਹੁੰਦਾ ਹੈ ਆਪਾਂ ਉਹਦਾ ਬੀਜ ਜਿਹੜਾ ਧਰਤੀ ਦੇ ਵਿੱਚ ਸੁੱਟ ਦਿੱਤਾ ਹੈ ਤੇ ਸੁੱਟਿਆ ਕਿਦੋਂ ਹੈ ਜੀ ਜਦੋਂ ਵਿੰਟਰ ਸੀਜ਼ਨ ਹੀ ਸਿਆਲ ਦੇ ਵਿੱਚ ਸੁੱਟ ਦਿੱਤਾ ਹੈ ਹੁਣ ਉਹ ਬੀਜ ਜਿਹੜਾ ਉਹ ਉਗੇਗਾ ਨਹੀਂ ਉਗੇਗਾ ਹੋਏਗਾ ਕੀ ਮੰਨ ਲਓ ਕਿ ਉਹ ਬੀਜ ਉੱਥੇ ਪਿਆ ਰਹੇਗਾ ਪਿਆ ਰਹੇਗਾ ਠੀਕ ਹੈ ਕਦੋਂ ਉਹ ਉਗੇਗਾ ਜਦੋਂ ਬੀਜ ਜਿਹੜਾ ਮੌਸਮ ਸਹੀ ਆ ਗਿਆ ਕਿਉਂਕਿ ਉਹ ਗਰਮੀਆਂ ਦੇ ਦਿਨਾਂ ਦੇ ਵਿੱਚ ਹੁੰਦਾ ਹੈ ਤਾਂ ਜਦੋਂ ਗਰਮੀਆਂ ਦੇ ਦਿਨ ਆਏ ਤਾਂ ਉਦੋਂ ਹੀ ਉਹ ਬੀਜ ਜਿਹੜਾ ਬਾਹਰ ਨਿਕਲਾਏਗਾ ਉਹਦਾ ਪਲਾਂਟ ਬਣ ਜਾਏਗਾ ਠੀਕ ਹੈ ਜੀ ਨੈਕਸਟ ਪੇਜ ਫਿਰ ਬੇਟਾ ਜੀ ਐਮਬ੍ਰਿਓ ਤੋਂ ਬਾਅਦ ਕੀ ਹੁੰਦਾ ਹੈ ਜਰਮੀਨੇਸ਼ਨ ਜਰਮੀਨੇਸ਼ਨ ਦਾ ਮਤਲਬ ਹੁੰਦਾ ਹੈ ਸੀਡ ਤੋਂ ਪਲਾਂਟ ਦਾ ਬਣਨਾ ਓਕੇ ਦਾ ਪ੍ਰੋਸੈਸ ਬਾਏ ਵਿਚ ਸੀਡ ਗ로우 ਇੰਟੂ ਅ ਸੀਡਿੰਗ ਇਜ਼ ਕਾਲਡ ਜਰਮੀਨੇਸ਼ਨ ਸੀਡ ਜਦੋਂ ਸੀਡਿੰਗ ਦੇ ਵਿੱਚ ਕਨਵਰਟ ਹੋ ਰਿਹਾ ਹੁੰਦਾ ਹੈ ਤਾਂ ਉਸ ਪ੍ਰੋਸੈਸ ਨੂੰ ਜਰਮੀਨੇਸ਼ਨ ਕਹਿ ਦਿੰਦੇ ਆ ਸੀਡ ਓਨਲੀ ਜਰਮੀਨੇਟ ਵੇਅਰ ਦੇ ਗੇਟ ਸੂਟੇਬਲ ਕੰਡੀਸ਼ਨਸ ਬੇਟਾ ਸੀਡਸ ਜਰਮੀਨੇਟ ਉਦੋਂ ਹੀ ਕਰਨਗੇ ਜਦੋਂ ਉਹਨਾਂ ਨੂੰ ਸੂਟੇਬਲ ਸਹੀ ਕੰਡੀਸ਼ਨ ਮਿਲੇਗੀ ਸਹੀ ਕੰਡੀਸ਼ਨ ਮਤਲਬ ਕਿ ਚੰਗੀ ਹਵਾ ਪਾਣੀ ਤੇ ਵਾਰਮ ਦਾ ਮਤਲਬ ਹੈ ਗਰਮੈਸ਼ ਠੀਕ ਹੈ ਜੀ ਸੀਡ ਜਿਹੜੇ ਆ ਉਹਨਾਂ ਨੂੰ ਆਕਸੀਜਨ ਚਾਹੀਦੀ ਹੈ ਹਵਾ ਦੇ ਵਿੱਚੋਂ ਸਾਹ ਲੈਣ ਵਾਸਤੇ ਵਾਟਰ ਚਾਹੀਦਾ ਵਾ ਕਿਉਂ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਬਾਹਰਲਾ ਸਰਫੇਸ ਜਿਹੜਾ ਸੀਡ ਕੋਟ ਆ ਉਹ ਸੌਫਟ ਰਵੇ ਸੋ ਦੈਟ ਐਮਬ੍ਰਿਓ ਕੈਨ ਕਮ ਆਊਟ ਆਫ ਦਾ ਸੀਡ ਜਿਹੜੀ ਐਮਬ੍ਰਿਓ ਆ ਉਹ ਸੀਡ ਚੋਂ ਬਾਹਰ ਨਿਕਲ ਸਕੇ ਇਸ ਲਈ ਜਿਹੜਾ ਏ ਉਹ ਪਾਣੀ ਚਾਹੀਦਾ ਏ ਦਿਸ ਆਲਸੋ ਹੈਲਪ ਟੂ ਚੇਂਜ ਦਾ ਫੂਡ ਸਟੋਰਡ ਇਨ ਕੋਟਲੀਡਨ ਇਨਟੂ ਅ ਸੂਟੇਬਲ ਫਾਰਮ ਪਾਣੀ ਹਵਾ ਦੇ ਨਾਲ ਜਿਹੜਾ ਕੋਟਲੀਡਨਸ ਪਿਆ ਹੁੰਦਾ ਏ ਉਹਦੇ ਅੰਦਰ ਉਹ ਕਾਦੇ ਚ ਕਨਵਰਟ ਹੋਣਾ ਉਹ ਫੂਡ ਦੇਣ ਲਈ ਜਿਹੜਾ ਉਹ ਐਕਟੀਵੇਟ ਹੋ ਜਾਂਦਾ ਹੈ ਗਰੋ ਕਰਨਾ ਸਟਾਰਟ ਹੋ ਜਾਂਦਾ ਹੈ ਠੀਕ ਹੈ ਜੀ ਜਦੋਂ ਇੱਕ ਵਾਰੀ ਕੰਡੀਸ਼ਨਸ ਸਹੀ ਆ ਗਈਆਂ ਐਮਬ੍ਰਿਓ ਜਿਹੜਾ ਹੈ ਉਹ ਪਹਿਲਾਂ ਡਾਊਨਵਰਡ ਜਾਂਦਾ ਹੈ ਤੁਸੀਂ ਦੇਖੋ ਆ ਵੇਖੋ ਪਹਿਲਾਂ ਡਾਊਨਵਰਡ ਜਾ ਰਿਹਾ ਵਾ ਫਿਰ ਡਾਊਨਵਰਡ ਤੋਂ ਬਾਅਦ ਜਿਹੜਾ ਹੈ ਉਹ ਉੱਪਰ ਨੂੰ ਗਿਆ ਹੈ ਠੀਕ ਹੈ ਨਾ ਪਹਿਲਾਂ ਐਮਬ੍ਰਿਓ ਜਿਹੜਾ ਡਾਊਨਵਰਡ ਜਾਏਗਾ ਠੀਕ ਹੈ ਟਿਨੀ ਰੂਟ ਬਣेंगी ਫਿਰ ਉਹ ਕੀ ਬਣਦਾ ਹੈ ਜੀ ਰੂਟ ਸਿਸਟਮ ਬਣ ਜਾਂਦਾ ਹੈ ਤੇ ਉਸ ਤੋਂ ਬਾਅਦ ਅਪਵਰਡ ਨੂੰ ਗਰੋ ਕਰੇਗਾ ਉਹ ਹੈ ਸ਼ੂਟ ਸਿਸਟਮ ਠੀਕ ਹੈ ਜੀ ਫਿਰ ਹੈ ਸੀਡ ਡਿਸਪਰਸਲ ਸੀਡ ਡਿਸਪਰਸਲ ਦਾ ਮਤਲਬ ਹੈ ਸੀਡ ਆਪਾਂ ਡਿਸਪਰਸ ਮਤਲਬ ਫੈਲਾਉਣੇ ਕਿਦਾਂ ਹੈ ਜੀ ਸੀਡ ਨੀਡ ਸਪੇਸ ਟੂ ਜਰਮੀਨੇਟ ਇਟ ਇਜ਼ ਆਲ ਇਫ ਆਲ ਸੀਡ ਫਾਲ ਕਲੋਸ ਟੂ ਈਚ ਅਦਰ ਦਾ ਸੀਡਿੰਗ ਵਿਲ ਕੰਪਲੀਟ ਫਾਰ ਸਪੇਸ ਵਾਟਰ ਲਾਈਟ ਐਂਡ ਨਿਊਟਰੀਐਂਟਸ ਦੇਰਫੋਰ ਸੀਡ ਡਿਸਪਰਸ ਸੋ ਆਲ ਦਾ ਗੈਟ ਇਨਫ ਏਅਰ ਬੇਟਾ ਮੈਂ ਤੁਹਾਨੂੰ ਦੱਸਦਾ ਇਸ ਪੈਰਾਗ੍ਰਾਫ ਦੇ ਵਿੱਚ ਕੀ ਹੈ ਬੇਟਾ ਆਪਾਂ ਸਾਰੇ ਪਿੰਡਾਂ ਦੇ ਵਿੱਚ ਬਿਲੋਂਗ ਕਰਦੇ ਆ ਤੁਸੀਂ ਦੇਖਿਆ ਹੋਏਗਾ ਜਦੋਂ ਆਪਾਂ ਰਾਈਸ ਲਗਾਉਨੇ ਆ ਝੋਨਾ ਲਗਾਉਨੇ ਆ ਤਾਂ ਕੀ ਹੁੰਦਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਪਨੀਰੀ ਲਗਾਉਨੇ ਆ ਜੀ ਪਨੀਰੀ ਲਗਾਉਣ ਦਾ ਮਤਲਬ ਕਿ ਆਪਾਂ ਬੀਜ ਆ ਜਿਹੜੇ ਉਹ ਸਿੱਧੇ ਹੀ ਹੱਥ ਨਾਲ ਛੱਟਾ ਦੇ ਕੇ ਠੀਕ ਹੈ ਜੀ ਹੱਥ ਨਾਲ ਛੱਟਾ ਦੇ ਕੇ ਇੱਕ ਜਗ੍ਹਾ ਤੇ ਉਗਾਉਣੇ ਆ ਉਹ ਕੀ ਹੈ ਜੀ ਪਨੀਰੀ ਪਨੀਰੀ ਉਗਾਉਣਾ ਠੀਕ ਹੈ ਪਨੀਰੀ ਜਦੋਂ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਉਸੇ ਉਸ ਜਗ੍ਹਾ ਤੋਂ ਨੂੰ ਫੁੱਟ ਕੇ ਕਿਸੇ ਹੋਰ ਜਗ੍ਹਾ ਤੇ ਥੋੜੀ ਥੋੜੀ ਸਪੇਸ ਦੇ ਵਿੱਚ ਫਿਰ ਲਗਾਉਣੇ ਆ ਠੀਕ ਹੈ ਜੀ ਪਤਾ ਚੱਲ ਗਿਆ ਆਪਾਂ ਪਨੀਰੀ ਫੁੱਟਣ ਤੋਂ ਬਾਅਦ ਥੋੜੀ ਥੋੜੀ ਸਪੇਸ ਦੇ ਕੇ ਉਹਨੂੰ ਜਿਹੜਾ ਲਗਾਉਣੇ ਆ ਫੀਲਡ ਦੇ ਵਿੱਚ ਖੇਤਾਂ ਦੇ ਵਿੱਚ ਠੀਕ ਹੈ ਉਹ ਕਿਉਂ ਲਗਾਉਨੇ ਆ ਉਹਦੇ ਵਿੱਚ ਸਪੇਸ ਕਿਉਂ ਦਿੱਤੀ ਜਾਂਦੀ ਆ ਸਪੇਸ ਇਸ ਕਰਕੇ ਦਿੱਤੀ ਜਾਂਦੀ ਆ ਤਾਂ ਜੋ ਥੋੜਾ ਜਿਹਾ ਉਹਨਾਂ ਨੂੰ ਸਮਾਂ ਇਹ ਮਿਲ ਸਕੇ ਜਗ੍ਹਾ ਮਿਲ ਸਕੇ ਕਿ ਹਾਂ ਜ਼ਮੀਨ ਦੇ ਵਿੱਚੋਂ ਨਿਊਟ੍ਰੀਐਂਟਸ ਲੈਣੇ ਆ ਜੇ ਤਾਂ ਬਹੁਤ ਜ਼ਿਆਦਾ ਨੇੜੇ ਨੇੜੇ ਹੋਣਗੇ ਤਾਂ ਫਿਰ ਉਹਨਾਂ ਨੂੰ ਨਿਊਟ੍ਰੀਐਂਟਸ ਆ ਜਿਹੜੇ ਉਹ ਚੰਗੇ ਤਰੀਕੇ ਨਾਲ ਨਹੀਂ ਮਿਲ ਪਾਉਣਗੇ ਤੇ ਚੰਗੀ ਗ੍ਰੋਥ ਨਹੀਂ ਹੋਏਗੀ ਜੇ ਆਪਾਂ ਥੋੜੀ ਜੀ ਉਹਨਾਂ ਦੇ ਵਿੱਚ ਸਪੇਸ ਰੱਖ ਦਿੰਨੇ ਆ ਤਾਂ ਉਹਨਾਂ ਦੀ ਗ੍ਰੋਥ ਜਿਹੜੀ ਉਹ ਜ਼ਿਆਦੀ ਵਧੀਆ ਹੋਏਗੀ ਤਾਂ ਜਿਹੜੇ ਉਹਦੇ ਵਿੱਚੋਂ ਕਹਿ ਸਕਦੇ ਆਂ ਫਸਲ ਦਾ ਝਾੜ ਜਿਹੜਾ ਉਹ ਜ਼ਿਆਦਾ ਹੋਏਗਾ ਓਕੇ ਉਸ ਤੋਂ ਬਾਅਦ ਬੇਟਾ ਜੀ ਇੱਕ ਚੀਜ਼ ਹੈ ਡਿਸਪਰਸਲ ਆਪਾਂ ਫੈਲਾ ਰਹੇ ਆਂ ਜੀ ਠੀਕ ਹੈ ਪਹਿਲਾਂ ਥੋੜੀ ਜਗ੍ਹਾ ਤੇ ਬੀਜਿਆ ਸੀ ਫਿਰ ਉਹਨੂੰ ਫੈਲਾ ਦਿੱਤਾ ਓਕੇ ਉਸ ਤੋਂ ਬਾਅਦ ਹੈ ਏਜੰਟਸ ਆਫ ਡਿਸਪਰਸਲ ਬੇਟਾ ਮੰਨ ਲਓ ਕਿ ਕੋਈ ਫਰੂਟ ਕੋਈ ਫਲਾਵਰ ਹੈ ਜੀ ਠੀਕ ਹੈ ਫਲਾਵਰ ਦੇ ਉੱਪਰ ਫਲਾਵਰ ਦੇ ਉੱਪਰ ਜਿਹੜੇ ਸਪੋਰਸ ਬਣ ਜਾਂਦੀਆਂ ਤੁਸੀਂ ਦੇਖਿਆ ਹੋਏਗਾ ਫੁੱਲਾਂ ਦੇ ਉੱਪਰਲੀ ਸਾਈਡ ਤੇ ਛੋਟੇ-ਛੋਟੇ ਜਿਹੜੇ ਉਹ ਦਾਣੇ ਟਾਈਪ ਬਣ ਜਾਂਦੇ ਆ ਠੀਕ ਹੈ ਨਾ ਹੁਣ ਕੀ ਹੋਇਆ ਉਹਨਾਂ ਜਗ੍ਹਾ ਦੇ ਉੱਪਰ ਕਈ ਵਾਰ ਮਧੂਮੱਖੀ ਠੀਕ ਹੈ ਜੀ ਸ਼ਹਿਦ ਵਾਲੀ ਮੱਖੀ ਜਿਹਨੂੰ ਕਹਿ ਦਿੰਦੇ ਆ ਮੱਖੀਆਂ ਜਾਂ ਇਨਸੈਕਟ ਹੋਰ ਆ ਕੇ ਬੈਠਦੇ ਆ ਉਹਨਾਂ ਦੇ ਇਨਸੈਕਟ ਦੇ ਪੈਰਾਂ ਦੇ ਨਾਲ ਉਹ ਸਪੋਰਸ ਲੱਗ ਜਾਂਦੀਆਂ ਨੇ ਠੀਕ ਹੈ ਜੀ ਉਹ ਜਦੋਂ ਦੂਜੀ ਜਗ੍ਹਾ ਤੇ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਵਿੰਡ ਦੇ ਰਾਹੀਂ ਵੀ ਇਨਸੈਕਟ ਦੇ ਰਾਹੀਂ ਵੀ ਜਾਂ ਪਾਣੀ ਦੇ ਨਾਲ ਵਹਿ ਕੇ ਵੀ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਬੀਜ ਚਲੇ ਜਾਂਦਾ ਹੈ ਤਾਂ ਉੱਥੇ ਜਾ ਕੇ ਹੋ ਜਾਂਦਾ ਜੀ ਠੀਕ ਹੈ ਸਭ ਤੋਂ ਪਹਿਲਾਂ ਵਿੰਡ ਦੀ ਗੱਲ ਕਰਦੇ ਆਂ ਸੀਡਸ ਜਿਹੜੇ ਨੇ ਸਮਾਲ ਹੁੰਦੇ ਨੇ ਹੌਲੇ ਵੀ ਹੁੰਦੇ ਨੇ ਜਦੋਂ ਹਵਾ ਚੱਲਦੀ ਹੈ ਤੇਜ਼ ਤਾਂ ਕੀ ਹੁੰਦਾ ਹੈ ਜਿਹੜੇ ਬੀਜ ਆ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉੱਡ ਜਾਂਦੇ ਨੇ ਠੀਕ ਹੈ ਜੀ ਫਿਰ ਉੱਥੇ ਜਾ ਕੇ ਜਦੋਂ ਵੀ ਸੂਟੇਬਲ ਕੰਡੀਸ਼ਨ ਮਿਲ ਜਾਂਦੀਆਂ ਤਾਂ ਉਤੋਂ ਪੈਦਾ ਹੋ ਜਾਂਦੇ ਨੇ ਉਗ ਪੈਂਦੇ ਨੇ ਓਕੇ ਉਸ ਤੋਂ ਬਾਅਦ ਐਕਸਪਲੋਸ਼ਨ ਐਕਸਪਲੋਸ਼ਨ ਦਾ ਮਤਲਬ ਹੈ ਫਟ ਜਾਣਾ ਸਮ ਫਰੂਟਸ ਹੈਵ ਪੌਡਸ ਵਿਚ ਬਰਸਟ ਓਪਨ ਵੈਨ ਰਾਈਪ ਸਕੈਟਰਿੰਗ ਦ ਸੀਡਸ ਪੌਡਸ ਆਫ ਬੀਨਸ ਐਂਡ ਪੀਸ balsam fruit and rubber fruit scatter their seeds when explosion on explosion by explosion ਠੀਕ ਹੈ ਜੀ ਬੇਟਾ ਕਈ ਫਰੂਟ ਜਾਂ ਫਲਾਵਰ ਇਦਾਂ ਦੇ ਹੁੰਦੇ ਨੇ ਕਿ ਉਹਨਾਂ ਦੇ ਬੀਜ ਆ ਜਿਹੜੇ ਉਹ ਜਦੋਂ ਉਹ ਮੈਚੂਰ ਹੁੰਦੇ ਨੇ ਤਾਂ ਉਦੋਂ ਉਹ ਫੁੱਟ ਜਾਂਦੇ ਨੇ ਫੁੱਟਣ ਤੋਂ ਬਾਅਦ ਬੀਜ ਜਿਹੜੇ ਉਹਨਾਂ ਦੇ ਫੈਲ ਜਾਂਦੇ ਨੇ ਤਾਂ ਉਹ ਫੇਰ ਉੱਗ ਪੈਂਦੇ ਨੇ ਓਕੇ ਵਾਟਰ ਮਨਵਤ ਜੀ ਵਾਟਰ ਕਿਦਾਂ ਹੈਲਪ ਕਰਦਾ ਵਾ ਸੀਡ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣ ਲਈ ਸੁਪੋਜ਼ ਕਰੋ ਕਿ ਕੋਈ ਜਿਹੜਾ ਪਲਾਂਟ ਹੈ ਉਹ ਕਿੱਥੇ ਗਰੋ ਹੋਇਆ ਹੈ ਜੀ ਕੋਈ ਪਲਾਂਟ ਜਿਹੜਾ ਹੈ ਉਹ ਪਾਣੀ ਦੇ ਕਿਨਾਰੇ ਜਿਹੜਾ ਉਹ ਗਰੋ ਹੋ ਗਿਆ ਹੈ ਹੁਣ ਜਦੋਂ ਪਾਣੀ ਉਥੋਂ ਲੰਘਿਆ ਤਾਂ ਉਹ ਜਿਹੜੇ ਸੀਡ ਉਸ ਪਲਾਂਟ ਦੇ ਉਸ ਪਾਣੀ ਦੇ ਵਿੱਚ ਡਿੱਗੇ ਨੇ ਉਹਨਾਂ ਪਾਣੀ ਦੇ ਨਾਲ ਹੀ ਅੱਗੇ ਚਲੇ ਜਾਂਦੇ ਆ ਸੀਡ ਇਸੇ ਤਰ੍ਹਾਂ ਫੈਲ ਜਾਂਦੇ ਆ ਤੇ ਫੈਲਣ ਤੋਂ ਬਾਅਦ ਜਿੱਥੇ ਵੀ ਉਹ ਜਾਣਗੇ ਤੇ ਉੱਥੇ ਉਹਨਾਂ ਨੇ ਗਰੋ ਕਰ ਜਾਣਾ ਓਕੇ ਨੈਕਸਟ ਹੈ ਬੇਟਾ ਜੀ ਐਨੀਮਲਸ ਐਨੀਮਲਸ ਕਿਦਾ ਹੈਲਪ ਕਰਦੇ ਨੇ ਹੁਣ ਦੇਖੋ ਜਿਵੇਂ ਕੋਈ ਪੰਛੀ ਨੇ ਪੰਛੀ ਵੀ ਤਾਂ ਫਰੂਟ ਖਾਂਦੇ ਨੇ ਜਦੋਂ ਉਹ ਫਰੂਟਸ ਖਾਂਦੇ ਨੇ ਇੱਕ ਜਗ੍ਹਾ ਤੋਂ ਉਹ ਫਰੂਟਸ ਲੈ ਕੇ ਗਏ ਦੂਜੀ ਜਗ੍ਹਾ ਤੇ ਜਾ ਕੇ ਉਹਨਾਂ ਨੇ ਖਾਦਾ ਉੱਥੇ ਜਾ ਕੇ ਕੀ ਹੋਣਾ ਹੈ ਉਹ ਜਿਹੜੀ ਗਿੱਟਕੇ ਉਹਦੀ ਜਾਂ ਜਿਹੜੀ ਗੁਠਲੀ ਹੈ ਸੀਡ ਆ ਉਹ ਦੂਜੀ ਜਗ੍ਹਾ ਡਿੱਗ ਪੈਣਾ ਤੇ ਇਸ ਤਰੀਕੇ ਦੇ ਨਾਲ ਐਨੀਮਲ ਵੀ ਜਿਹੜਾ ਹੈ ਉਹ ਹੈਲਪ ਕਰਦੇ ਆ ਕਾਦੇ ਵਿੱਚ ਸੀਡ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਲੈ ਕੇ ਜਾਣ ਵਾਸਤੇ ਓਕੇ ਉਸ ਤੋਂ ਬਾਅਦ ਬੇਟਾ ਜੀ ਕੀ ਹੈ ਰੀਪਰੋਡਕਸ਼ਨ ਫਰੋਮ ਸਪੋਰਸ ਬੇਟਾ ਜੀ ਸਪੋਰਸ ਜਿਹੜੀਆਂ ਵਾਂ ਇਹ ਕੀ ਹੁੰਦੇ ਆ ਪਲਾਂਟਸ ਲਾਈਕ ਫੈਰਨ mosses and mushrooms have small seed like structure called spores which grow into a new plant of on falling on the most most soil under favorable condition beta ji jehdi reproduction spores de rahi honi aa spores ki hundiyan ne kai plant edda de hunde aa jinna de upar chote chote dots bane hunde ne jivein ede upar dekho ਧਿਆਨ ਨਾਲ ਦੇਖੋ ਤਾਂ ਇਹ ਸਪੋਰਸ ਬਣੀ ਹੋਈਆਂ ਨੇ ਇਹ ਸਪੋਰਸ ਜਦੋਂ ਡਿੱਗ ਪੈਂਦੀਆਂ ਨੇ ਠੀਕ ਹੈ ਤਾਂ ਉਹ ਫੇਵਰੇਬਲ ਕੰਡੀਸ਼ਨ ਆਉਣ ਤੋਂ ਬਾਅਦ ਜਿਹੜਾ ਹੈ ਉਹ ਨਵੇਂ ਪਲਾਂਟ ਬਣ ਜਾਂਦੇ ਨੇ ਜੀ ਉਹ ਤੋਂ ਠੀਕ ਹੈ ਉਸ ਤੋਂ ਬਾਅਦ ਹੈ ਰੀਪ੍ਰੋਡਕਸ਼ਨ ਫ্রম ਅਦਰ ਬਾਡੀ ਪਾਰਟਸ ਬੇਟਾ ਜੀ ਕਿਸੇ ਹੋਰ ਬਾਡੀ ਪਾਰਟ ਤੋਂ ਸੀਡ ਨੂੰ ਛੱਡ ਕੇ ਕਿਸੇ ਹੋਰ ਬਾਡੀ ਪਾਰਟ ਤੋਂ ਜਦੋਂ ਰੀਪ੍ਰੋਡਕਸ਼ਨ ਹੁੰਦੀ ਹੈ ਤਾਂ ਉਹਨੂੰ ਆਪਾਂ ਕਹਿ ਦਿੰਨੇ ਆ vegetative reproduction ਠੀਕ ਹੈ ਜੀ ਦੁਬਾਰਾ ਮੈਂ ਸਮਝਾਉਣਾ ਹੈ what is vegetative reproduction ਜਦੋਂ ਸੀਡ ਨੂੰ ਛੱਡ ਕੇ ਕਿਸੇ ਹੋਰ ਬਾਡੀ ਪਾਰਟ ਦੇ ਰਾਹੀਂ ਰਿਪਰੋਡਕਸ਼ਨ ਹੁੰਦੀ ਹੈ ਉਹਨੂੰ ਆਪਾਂ ਵੈਜੀਟੇਟਿਵ ਰਿਪਰੋਡਕਸ਼ਨ ਕਹਿ ਦਿੰਦੇ ਆ ਇਸ ਮੈਥਡ ਦੇ ਨਾਲ ਨਵੇਂ ਪਲਾਂਟਸ ਜਿਹੜੇ ਆ ਉਹ ਗਰੋ ਕੀਤੇ ਜਾਂਦੇ ਨੇ ਬਗੈਰ ਬੀਜਾਂ ਤੋਂ ਠੀਕ ਹੈ ਜੀ ਤੇ ਬਗੈਰ ਸਪੋਰਸ ਤੋਂ ਬਹੁਤ ਸਾਰੇ ਫਰੂਟ ਦੇ ਟਰੀਜ਼ ਨੇ ਉਹ ਵੀ ਇਸ ਤਰੀਕੇ ਨਾਲ ਗਰੋ ਕੀਤੇ ਜਾਂਦੇ ਨੇ ਠੀਕ ਹੈ ਜੀ ਬੇਟਾ ਜੀ ਤੁਸੀਂ ਪਿੰਡਾਂ ਚ ਸੁਣਿਆ ਹੋਵੇਗਾ ਦਾਬ ਠੀਕ ਹੈ ਜੀ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਆਪਣੇ ਪੇਰੈਂਟਸ ਨੂੰ ਪੁੱਛ ਸਕਦੇ ਹੋ ਦਾਬ ਕੀ ਹੁੰਦੀ ਹੈ ਜਿਵੇਂ ਨਿੰਬੂ ਹੈ ਨਾ ਨਿੰਬੂ ਦਾ ਜਿਹੜਾ ਬੂਟਾ ਹੁੰਦਾ ਹੈ ਨਿੰਬੂ ਦੇ ਪਲਾਂਟ ਦੇ ਕੋਲ ਆਪਾਂ ਕੀ ਕਰਦੇ ਆ ਉਹਦੀ ਇੱਕ ਟਾਣੀ ਜਿਹੜੀ ਥੋੜੀ ਲੰਬੀ ਹੁੰਦੀ ਹੈ ਉਹਨੂੰ ਥੋੜਾ ਜਿਆ ਜ਼ਮੀਨ ਉਸ ਟਾਣੀ ਦੇ ਵਿਚਕਾਰ ਵਾਲੀ ਜਗ੍ਹਾ ਤੋਂ ਕਿਤੋਂ ਉਹਨੂੰ ਫੜ ਕੇ ਜ਼ਮੀਨ ਦੇ ਵਿੱਚ ਦਬ ਰੱਖਦੀਦਾ ਹੈ ਉਹਦੇ ਉੱਪਰ ਮਿੱਟੀ ਪਾ ਦਈਦੀ ਹੈ ਠੀਕ ਹੈ ਜੀ ਆਪਾਂ ਲੰਬੀ ਟਾਣੀ ਫੜੀ ਜਿਹੜੀ ਕਿ ਜ਼ਮੀਨ ਦੇ ਲੱਗੇ ਆ ਥੋੜੀ ਜੀ ਉਸ ਟਾਣੀ ਨੂੰ ਤੋੜਿਆ ਨਹੀਂ ਹੈ ਪਰ ਉਹਨੂੰ ਜਦੋਂ ਜ਼ਮੀਨ ਦੇ ਉੱਪਰ ਲਟਾਇਆ ਤਾਂ ਵਿਚਕਾਰ ਵਾਲੀ ਜਗ੍ਹਾ ਕਿਸੇ ਜਗ੍ਹਾ ਦੇ ਆਪਾਂ ਮਿੱਟੀ ਪਾ ਦਿੱਤੀ ਤੇ ਉਹ ਕੀ ਹੋਇਆ ਜੀ ਆਪਾਂ ਦਬ ਦਿੱਤਾ ਹੈ ਹੁਣ ਹੋਣਾ ਕੀ ਹੈ ਜਿੱਥੇ ਆਪਾਂ ਮਿੱਟੀ ਪਾਈ ਹੋਏਗੀ ਉੱਥੇ ਉਹਦੀਆਂ ਜੜਾਂ ਨਿਕਲ ਆਉਣੀਆਂ ਜਦੋਂ ਜੜਾਂ ਨਿਕਲ ਆਈਆਂ ਉਹ ਨਵਾਂ ਪਲਾਂਟ ਪੈਦਾ ਹੋ ਜਾਣਾ ਹੈ ਤੇ ਆਪਾਂ ਦੂਜੀ ਜਿਹੜੀ ਟਾਣੀ ਦਾ ਦੂਜਾ ਹਿੱਸਾ ਪਲਾਂਟ ਦੇ ਨਾਲ ਜੁੜਿਆ ਹੈ ਉਹਨੂੰ ਆਪਾਂ ਕੱਟ ਦੇਣਾ ਠੀਕ ਹੈ ਜੀ ਇਹ ਕਿਹੜਾ ਤਰੀਕਾ ਹੈ ਜੀ ਵੈਜੀਟੇਟਿਵ ਰੀਪ੍ਰੋਡਕਸ਼ਨ ਦਾ ਠੀਕ ਹੈ ਫ੍ਰੋਮ ਸਟੀਮ ਜਿਹੜੀ ਮੈਂ ਗੱਲ ਤੁਹਾਨੂੰ ਹੁਣੇ ਦੱਸੀ ਹੈ ਆਪਾਂ ਟਾਣੀ ਤੋਂ ਕਿੱਦਾਂ ਬਣਾ ਸਕਦੇ ਹਾਂ ਪਲਾਂਟ ਕਿ ਆਪਾਂ ਉਹਨੂੰ ਦਾਬ ਦਬ ਸਕਦੇ ਆ ਠੀਕ ਹੈ ਜੀ ਇਹਨੂੰ ਆਪਾਂ ਲੇਅਰਿੰਗ ਵੀ ਕਹਿ ਦਿੰਨੇ ਆ ਠੀਕ ਹੈ ਜੀ ਅ ਰੋਜ਼ ਗੁਲਾਬ ਦਾ ਫੁੱਲ ਹੈ ਜਿਹੜਾ 슈ਗਰ ਕੇਨ ਹੈ ਜਿਹੜਾ ਮਨੀ ਪlant ਜਿਹੜੇ ਆ ਉਹ ਕਿਸੇ ਵੀ ਟਾਣੀ ਨੂੰ ਆਪਾਂ ਗੱਡ ਦਈਏ ਮਿੱਟੀ ਦੇ ਵਿੱਚ ਉੱਥੇ ਹੀ ਹੋ ਪੈਂਦੇ ਨੇ ਠੀਕ ਹੈ ਜੀ ਪੋਟੈਟੋ ਐਂਡ ਗਿੰਗਰ ਠੀਕ ਹੈ ਜੀ ਇਹਨਾਂ ਦੇ ਵੀ ਬੀਜ ਨੂੰ ਆਪਾਂ ਸਿੱਧਾ-ਸਿੱਧਾ ਸਾਰੇ ਫਰੂਟ ਨੂੰ ਹੀ ਜਿਹੜਾ ਵੈਜੀਟੇਬਲ ਦੇ ਸਾਰੇ ਹਿੱਸੇ ਨੂੰ ਹੀ ਆਪਾਂ ਮਿੱਟੀ ਦੇ ਵਿੱਚ ਦੱਬ ਦਈਏ ਤਾਂ ਉਹਦੇ ਤੋਂ ਹੀ ਹੋ ਜਾਂਦੇ ਨੇ ਜੀ ਇਹ ਠੀਕ ਹੈ ਫਰੋਮ ਰੂਟਸ ਰੂਟਸ ਤੋਂ ਵੀ ਹੋ ਜਾਂਦੇ ਨੇ সুইਟ ਪੋਟੈਟੋ ਵੁੱਡ ਐਪਲ ਐਂਡ ਟਰਮੀਨਟ ਬਟਾ ਜੀ ਤੁਸੀਂ ਦੇਖਿਆ ਹੋਣਾ ਇਹ ਹਲਦੀ ਹਲਦੀ ਹੈ ਨਾ ਜਿਹੜੀ ਹਲਦੀ ਵੀ ਜਿਹੜੀ ਆ ਉਹਦੇ ਗੁੱਠਲੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਦੱਬ ਦਈਏ ਜ਼ਮੀਨ ਦੇ ਵਿੱਚ ਤਾਂ ਉਹ ਉਸੇ ਤੋਂ ਹੀ ਹੋ ਜਾਂਦੀ ਹੈ ਠੀਕ ਹੈ ਜੀ ਰੂਟਸ ਤੋਂ ਹੀ ਹੋ ਜਾਂਦੀ ਹੈ ਓਕੇ ਨੈਕਸਟ ਪੇਜ ਫਰਮ ਲੀव्स ਬੇਟਾ ਜੀ ਪੱਤਿਆਂ ਤੋਂ ਵੀ ਜਿਹੜੇ ਉਹ ਪਲਾਂਟ ਦੁਬਾਰਾ ਪੈਦਾ ਹੋ ਜਾਂਦੇ ਨੇ ਲੀव्स ਆਫ ਬੈਗੋਨੀਆ ਠੀਕ ਹੈ ਜੀ ਲੀव्स ਜਿਹੜੇ ਬੈਗੋਨੀਆ ਦੇ ਆ ਜਾਂ ਇੱਕ ਹੋਰ ਪਲਾਂਟ ਹੈ ਬਰਾਇੋਫੈਲਮ ਇਹ ਗਰੋ ਕਰ ਜਾਂਦੇ ਨੇ ਆਪਣੇ ਜਦੋਂ ਇਹਨਾਂ ਦੇ ਬਰਡਸ ਨੂੰ ਹੀ ਆਪਾਂ ਦਬਾ ਦਿੰਦੇ ਹਾਂ ਠੀਕ ਹੈ ओके ਉਸ ਤੋਂ ਬਾਅਦ ਪਲਾਂਟਸ ਫਰੋਮ ਫਾਰ ਅਵੇ ਬੇਟਾ ਜੀ ਤੁਸੀਂ ਸਾਰਿਆਂ ਨੇ ਪਾਮ ਟਰੀ ਬਾਰੇ ਸੁਣਿਆ ਹੋਏਗਾ ਜੇ ਪਾਮ ਟਰੀ ਹੈ ਜਿਹੜਾ ਪਾਮ ਦਾ ਦਰਖਤ ਹੈ ਜਿਹੜਾ ਜਾਂ ਬੋਤਲ ਪਾਮ ਹੈ ਜਾਂ ਹੋਰ ਕਈ ਪਾਮ ਦੀਆਂ ਕਿਸਮਾਂ ਨੇ ਉਹ ਆਪਣੇ ਪੰਜਾਬ ਦੇ ਵਿੱਚ ਦਾ ਤਾਂ ਦਰਖਤ ਨਹੀਂ ਹੈ ਉਹ ਆਪਾਂ ਬਾਹਰੋਂ ਇੰਪੋਰਟ ਕੀਤਾ ਹੈ ਠੀਕ ਹੈ ਜੀ ਆਪਾਂ ਕਿਸੇ ਹੋਰ ਸਟੇਟ ਤੋਂ ਇੰਪੋਰਟ ਕਰਕੇ ਪੰਜਾਬ ਦੇ ਵਿੱਚ ਉਹਨੂੰ ਉਗਾਰ ਠੀਕ ਹੈ ਜੀ ਇਸੇ ਤਰ੍ਹਾਂ ਬਹੁਤ ਸਾਰੇ ਪਪੂਲਰ ਪਲਾਂਟ ਨੇ ਜਿਹੜੇ ਕਿ ਆਪਾਂ ਇੰਡੀਆ ਦੇ ਵਿੱਚ ਗਰੋ ਕਰਨੇ ਸ਼ੁਰੂ ਕਰ ਦਿੱਤੇ ਆ ਪਰ ਉਹ ਅਸਲ ਦੇ ਵਿੱਚ ਇੰਡੀਆ ਦੇ ਨਹੀਂ ਸਨ ਉਹ ਬਾਹਰੋਂ ਆਏ ਹੋ ਸਨ ਜਿਵੇਂ ਟੀ ਇਜ਼ ਵੈਰੀ ਪਪੂਲਰ ਡਰਿੰਕ ਇਨ ਇੰਡੀਆ ਜਿਹੜੀ ਚਾਹ ਹੈ ਉਹ ਇੰਡੀਆ ਦੀ ਬੜੀ ਪਪੂਲਰ ਡਰਿੰਕ ਹੈ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਇੰਡੀਆ ਚਾਹ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਕਿੱਥੇ ਬਾਇਦਾ ਹੋਈ ਹੈ ਜੀ ਚਾਈਨਾ ਦੇ ਵਿੱਚ ਠੀਕ ਹੈ ਜੀ ਚਾਈਨਾ ਦੇ ਵਿੱਚ ਇਨ ਈਅਰ 7000 ਠੀਕ ਹੈ 17000 1700 ਈਅਰ ਅਗੋ ਫਾਰ ਇਟਸ ਟੇਸਟ ਐਂਡ ਮੈਡੀਸਨਲ ਵੈਲਿਊ 1840 ਦੇ ਵਿੱਚ ਬ੍ਰਿਟਿਸ਼ਰ ਨੇ ਜਿਹੜੇ ਉਹਨਾਂ ਨੇ ਚਾਹ ਨੂੰ ਇੰਡੀਆ ਦੇ ਵਿੱਚ ਲੈ ਕੇ ਆਏ ਚਾਹ ਦੇ ਬੀਜ ਇੱਥੇ ਗਰੋ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਜਿਹੜੀ ਆ ਚਾਹ ਦੇ ਪਲਾਂਟ ਨੂੰ ਬੜੀ ਵਧੀਆ ਟੈਂਪਰੇਚਰ ਆਲੇ-ਦੁਆਲੇ ਵਾਲੀ ਕੰਡੀਸ਼ਨ ਜਿਹੜੀ ਬੜੀ ਵਧੀਆ ਮਿਲੀ ਜਿਹਦੇ ਕਰਕੇ ਇੱਥੇ ਜਿਹੜੀ ਆ ਉਹ ਇਹਦੀ ਪ੍ਰੋਡਕਸ਼ਨ ਬਹੁਤ ਵਧ ਗਈ ਠੀਕ ਹੈ ਸਾਊਥ ਵਾਲੇ ਰੀਜਨ ਦੇ ਵਿੱਚ ਠੀਕ ਹੈ ਜਾਂ ਅਸਾਮ ਵਾਲੇ ਰੀਜਨ ਦੇ ਵਿੱਚ ਜਿਹੜੀ ਇਹਦੀ ਪ੍ਰੋਡਕਸ਼ਨ ਬਹੁਤ ਵਧ ਗਈ ਪਰ ਅਸਲ ਦੇ ਵਿੱਚ ਜਿਹੜੀ ਟੀ ਹੈ ਉਹ ਆਪਣੇ ਇੱਧਰ ਦਾ ਪਲਾਂਟ ਨਹੀਂ ਹੈ ਉਹ ਆਪਣੇ ਕਿੱਥੋਂ ਇੰਪੋਰਟ ਕਰਵਾਇਆ ਜੀ ਚਾਈਨਾ ਦੇ ਵਿੱਚੋਂ ਸ਼ੁਰੂ ਹੋਇਆ ਸੀ ਬ੍ਰਿਟੇਨ ਨੇ ਬ੍ਰਿਟੇਨ ਦੇ ਬ੍ਰਿਟਿਸ਼ਰਸ ਉਹ ਇੰਡੀਆ ਦੇ ਵਿੱਚ ਲੈ ਕੇ ਆਏ ਉਹਨਾਂ ਨੇ ਇੱਥੇ ਉਗਾਇਆ ਠੀਕ ਹੈ ਜੀ ਹੁਣ ਇੰਡੀਆ ਵੀ ਟੀ ਦਾ ਬੜਾ ਵੱਡਾ ਪ੍ਰੋਡਕਸ਼ਨ ਹਾਊਸ ਹੈ ਓਕੇ ਹੁਣ ਬੇਟਾ ਜੀ نیچے ਤੁਹਾਨੂੰ ਕੀ ਦਿੱਤਾ ਆਇਆ ਹੈ ਕੁਝ ਪਲਾਂਟ ਦਿੱਤੇ ਹੋਏ ਨੇ ਤੇ ਉਹਨਾਂ ਦਾ origin ਦੱਸਿਆ ਹੋਇਆ ਹੈ ਕਿ ਉਹ ਕਿੱਥੇ-ਕਿੱਥੇ ਪੈਦਾ ਹੋਏ ਸੀ ਸ਼ੁਰੂ ਦੇ ਵਿੱਚ ਠੀਕ ਹੈ ਜਿਵੇਂ ਪੋਟੈਟੋ ਆ ਉਹ ਕਿੱਥੇ ਪੈਦਾ ਹੋਇਆ ਜੀ ਪੀਰੂ ਦੇ ਵਿੱਚ ਪੈਦਾ ਹੋਇਆ ਹੈ ਠੀਕ ਹੈ ਪਾਮ, ਕਕੂਮਬਰ ਇਹ ਚਾਇਨਾ ਦੇ ਵਿੱਚ ਠੀਕ ਹੈ ਜੀ ਆ ਦੇਖੋ ਆ ਸਾਰੇ ਜਿਹੜੇ ਆ ਸਾਰਿਆਂ ਦੀਆਂ ਦੱਸੀਆਂ ਹੋਈਆਂ ਨੇ ਕਿ ਉਹ ਪlant ਕਿਹੜਾ ਹੈ ਤੇ ਉਹ ਕਿੱਥੇ ਪੈਦਾ ਹੋਇਆ ਸੀ ਠੀਕ ਹੈ ਸਾਰੇ ਬੱਚਿਆਂ ਨੇ ਇਹ ਰੀਡ ਕਰਨੀ ਹੈ ਜੀ ਜ਼ਰੂਰ ਓਕੇ ਨੈਕਸਟ ਕੀ ਹੈ ਸਪੀਸੀਸ ਐਡ ਫਲੇਵਰ ਟੂ ਫੂਡ ਬੇਟਾ ਮਸਾਲੇ ਆ ਜਿਹੜੇ ਉਹ ਆਪਣੇ ਖਾਣੇ ਨੂੰ ਫਲੇਵਰ ਦਿੰਦੇ ਨੇ ਇਹ ਕਿੱਥੋਂ ਬਰਡਸ ਤੋਂ ਫਰੂਟਸ ਤੋਂ ਫਲਾਵਰ ਤੋਂ ਕਈ ਚੀਜ਼ਾਂ ਤੋਂ ਇਹ ਪਾਏ ਜਾਂਦੇ ਨੇ ਜਿਵੇਂ ਕਲੋਵ ਇੰਡੀਆ ਦਾ ਨਾਮ ਉਹਦਾ ਕੀ ਹੈ ਜੀ ਲੌਂਗ ਬਲੈਕ ਪੀਪਰ ਇੰਡੀਆ ਦੇ ਵਿੱਚ ਇਹਦਾ ਕੀ ਨਾਮ ਹੈ ਕਾਲੀ ਮਿਰਚ ਠੀਕ ਹੈ ਜੀ ਇਸੇ ਤਰ੍ਹਾਂ ਆ ਸਾਰੇ ਜਿਹੜੇ ਆ ਉਹਨਾਂ ਦੇ ਨਾਮ ਦਿੱਤੇ ਹੋਏ ਨੇ ਮਸਾਲਿਆਂ ਦੇ ਜੋ ਅਸਲ 'ਚ ਉਹਨਾਂ ਦਾ ਨਾਮ ਹੈ ਤੇ ਜੋ ਇੰਡੀਆ ਨੇ ਉਹਨਾਂ ਦਾ ਨਾਮ ਲਿਖਿਆ ਹੋਇਆ ਹੈ ਤੇ ਅਸਲ ਦੇ ਵਿੱਚ ਉਹ ਕਿੱਥੋਂ origin ਹੈ ਜੀ ਉਹਨਾਂ ਦਾ ਠੀਕ ਹੈ ਜੀ ਓਕੇ ਪਤਾ ਚੱਲ ਗਿਆ ਬੇਟਾ ਜੀ ਸਾਰਿਆਂ ਨੂੰ ਸੋ ਨੈਕਸਟ ਪੇਜ ਕੀ ਹੈ ਸਮ ਫਲਾਵਰਸ ਆਲਸੋ ਹੈਵ ਅ ਫੋਰਨ ਓਰੀਜਨ ਕੁਝ ਫਲਾਵਰਸ ਨੇ ਜਿਹੜੇ ਉਹਨਾਂ ਦਾ ਫੋਰਨ ਓਰੀਜਨ ਵੀ ਹੈਗਾ ਏ ਜਿਵੇਂ ਗਲੈਡੀਲੋਸ ਹੈਜ਼ ਇਟਸ ਓਰੀਜਨ ਇਨ ਸਾਊਥ ਅਫਰੀਕਾ ਠੀਕ ਹੈ ਇਸ ਤਰੀਕੇ ਦੇ ਨਾਲ ਆ ਦੋ ਤਿੰਨ ਪਲਾਂਟਸ ਹੋਰ ਦਿੱਤੇ ਹੋਏ ਨੇ ਜਿਹੜੇ ਕਿ ਅਲੱਗ ਅਲੱਗ ਦੇਸ਼ਾਂ ਤੋਂ ਆਏ ਹੋਏ ਨੇ ਓਕੇ ਸੋ ਇਹ ਤੁਸੀਂ ਦੇਖਣੇ ਨੇ ਪੜ੍ਹਨੇ ਆ ਰੀਡ ਕਰਨੇ ਆ ਸੋ ਅੱਜ ਆਪਣਾ ਜਿਹੜਾ ਚੈਪਟਰ ਕੰਪਲੀਟ ਹੋ ਗਿਆ ਹੈ ਫੋਰਥ ਬੇਟਾ ਜੀ ਕਿਸੇ ਬੱਚੇ ਨੂੰ ਕੋਈ ਪਤਾ ਨਾ ਲੱਗਾ ਹੋਵੇ ਤੁਸੀਂ ਬੇਟਾ ਜੀ ਮੈਸੇਜ ਕਰਕੇ ਪੁੱਛ ਸਕਦੇ ਹੋ ਆਪਾਂ ਪਲਾਂਟਸ ਤੇ ਰੀਪ੍ਰੋਡਕਸ਼ਨ ਦੀ ਗੱਲ ਕੀਤੀ ਹੈ ਆਪਣੇ ਵਰਗੇ ਯੰਗ ਵਾਂਸ ਦਾ ਪੈਦਾ ਹੋਣਾ ਫਿਰ ਪਲਾਂਟਸ ਤਿੰਨ ਤਰੀਕਿਆਂ ਨਾਲ ਰੀਪਰੋਡਿਊਸ ਹੁੰਦੇ ਨੇ ਸੀਡਸ ਦੇ ਰਾਹੀਂ ਸਪੋਰਸ ਦੇ ਰਾਹੀਂ ਤੇ ਫਰੋਮ ਬਾਡੀ ਪਾਰਟ ਓਕੇ ਫਿਰ ਆਪਾਂ ਪੜਿਆ ਆ ਕਿ ਏਜੈਂਟਸ ਕੌਣ ਹੁੰਦੇ ਨੇ ਡਿਸਪਰਸਲ ਦੇ ਹਵਾ ਦੇ ਰਾਹੀਂ ਸੀਡ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚੱਲ ਜਾਂਦੇ ਨੇ ਐਕਸਪਲੋਜਨ ਦੇ ਰਾਹੀਂ ਵਾਟਰ ਵੈਕ ਲੈ ਜਾਂਦਾ ਐ ਐਨੀਮਲਸ ਬਰਡਸ ਲੈ ਜਾਂਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫਿਰ ਸਪੋਰਸ ਦੇ ਰਾਹੀਂ ਜਦੋਂ ਰੀਪ੍ਰੋਡਕਸ਼ਨ ਹੁੰਦੀ ਆ ਫਿਰ ਬਾਡੀ ਪਾਰਟ ਤੋਂ ਜਦੋਂ ਰੀਪ੍ਰੋਡਕਸ਼ਨ ਹੁੰਦੀ ਆ ਬੇਟਾ ਜੀ ਦੋ ਡੈਫੀਨੇਸ਼ਨਸ ਨੇ ਇੱਕ ਐ ਵਾਟ ਇਜ਼ ਰੀਪ੍ਰੋਡਕਸ਼ਨ ਉਹਦਾ ਆਨਸਰ ਤੁਸੀਂ ਦੱਸਣਾ ਹੈ ਜੀ ਦੂਜਾ ਕੁਐਸਚਨ ਐ ਵਾਟ ਇਜ਼ ਵੈਜੀਟੇਟਿਵ ਪ੍ਰੋਪਗੇਸ਼ਨ ਉਹਦਾ ਆਨਸਰ ਤੁਸੀਂ ਲਬ ਕੇ ਤਾਂ ਉਹ ਸੈਂਡ ਕਰਨਾ ਹੈ ਗਰੁੱਪ ਤੇ ਵਿੱਚ ਠੀਕ ਹੈ ਓਕੇ ਸੋ ਇਹ ਦੋ ਕੁਐਸਚਨ ਨੇ ਜਿਹੜੇ ਤੁਸੀਂ ਕਰਨੇ ਨੇ ਤੇ ਬਾਕੀ ਜਿਹੜਾ ਇਹ ਹੋਮਵਰਕ ਬਾਕੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਜਿਹੜਾ ਇਹ ਉਹ ਇਹਦੇ ਕੁਐਸਚਨ ਆਨਸਰ ਤੇ ਬੈਕ ਐਕਸਰਸਾਈਜ਼ ਕਰਾਂਗੇ ਅੱਜ ਲਈ ਇੰਨਾ ਹੀ ਥੈਂਕ ਯੂ ਐਂਡ ਹੈਵ ਅ ਨਾਈਸ ਡੇ